ਇੱਕ ਸਾਧਾਰਨ ਜਿਹੀ ਲੱਕੜ ਨੂੰ ਤਾਂਤੀ ਸਾਜ਼ਾਂ ਦਾ ਰੂਪ ਦੇਣ ਵਾਲੇ ਸਰਦਾਰ ਕਿਸ਼ਨ ਸਿੰਘ ਜੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਤਾਂਤੀ ਸਾਜ਼ਾਂ ਦੇ ਕਾਰੀਗਰ ਸਰਦਾਰ ਕਿਸ਼ਨ ਸਿੰਘ ਜੀ ਕਈ ਦਹਾਕਿਆਂ ਤੋਂ ਲੋਕਾਂ ਨੂੰ ਆਪਣੇ ਹੱਥੀਂ ਸਾਜ਼ ਤਿਆਰ ਕਰਕੇ ਦਿੰਦੇ ਸਨ ਅਤੇ ਇਸ ਰੱਬੀ ਰੂਹ ਤੋਂ ਸਾਜ਼ ਬਣਵਾਉਣ ਲਈ ਲੋਕ ਸਾਲੋਂ ਸਾਲ ਉਡੀਕ ਕਰਦੇ ਸਨ। ਪਰ ਅਫਸੋਸ, ਇਹ ਉਡੀਕ ਹੁਣ ਕਦੇ ਖਤਮ ਨਹੀਂ ਹੋਣੀ। ਦੇਸ਼ਾਂ ਵਿਦੇਸ਼ਾਂ ਵਿੱਚ ਸਰਦਾਰ ਕਿਸ਼ਨ ਸਿੰਘ ਜੀ ਦੇ ਹੱਥੀਂ ਤਿਆਰ ਕੀਤੇ ਹੋਏ ਤਾਂਤੀ ਸਾਜ਼ਾਂ ਦੀ ਅੱਜ ਵੀ ਚਰਚਾ ਹੁੰਦੀ ਹੈ। ਇਲਾਹੀ ਗਿਆਨ ਦਾ ਸੋਮਾ ਸੀ ਇਹ ਸਾਰੰਗੀ ਵਾਲਾ ਬਾਬਾ, ਜੋ ਸਾਜ਼ਾਂ ਨੂੰ ਬਣਾਉਣ ਦੇ ਨਾਲ ਨਾਲ ਲੋਕਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਵੀ ਜੋੜਦਾ ਸੀ। ਸਰਦਾਰ ਕਿਸ਼ਨ ਸਿੰਘ ਜੀ ਦਾ ਨਾਨਕ ਸ਼ਾਹੀ ਰੁਬਾਬ ਨਾਲ ਕਾਫੀ ਲਗਾਵ ਸੀ। ਇੱਥੇ ਜ਼ਿਕਰੇ ਖਾਸ ਇਹ ਵੀ ਹੈ ਕਿ ਰਾਸ਼ਟਰਪਤੀ ਅਵਾਰਡ ਠੁਕਰਾ ਚੁੱਕੇ ਇਸ ਬਾਬੇ ਦੀ ਕਲਾ ਨੂੰ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਸਨ। ਸਰਦਾਰ ਕਿਸ਼ਨ ਸਿੰਘ ਜੀ ਜਦੋਂ ਵੀ ਬਾਬੇ ਨਾਨਕ ਨੂੰ ਯਾਦ ਕਰਦੇ ਤਾਂ ਅਕਸਰ ਭਾਵੁਕ ਹੋ ਜਾਂਦੇ ਸਨ ਅਤੇ ਕਹਿੰਦੇ ਸਨ ਕਿ ਬਾਬੇ ਨਾਨਕ ਨਾਲ ਉਹਨਾਂ ਦੀ ਸਾਂਝ ਬੜੀ ਪੱਕੀ ਹੈ। ਡੇਲੀ ਪੋਸਟ ਪੰਜਾਬੀ ਨਾਲ ਸਰਦਾਰ ਕਿਸ਼ਨ ਸਿੰਘ ਜੀ ਦੀ ਇੱਕ ਯਾਦਗਾਰ ਮੁਲਾਕਾਤ ਦੀ ਝਲਕ ਤੁਹਾਨੂੰ ਫੇਰ ਦਿਖਾਵਾਂਗੇ, ਜੋ ਸ਼ਾਇਦ ਗੁਰੂ ਦੀ ਬਾਣੀ ਨਾਲ ਤੁਹਾਨੂੰ ਜੋੜੇਗੀ ਅਤੇ ਤੁਹਾਡੀ ਰੂਹ ਤੱਕ ਪਹੁੰਚੇਗੀ। ਵੀ ਬਾਣੀ ਤਾਂ ਗੁਰੂ ਦੀ ਆ, ਮਗਰ ਉਹਦੇ ਬੋਲਣੇ 'ਚ ਅੰਤਰਾ ਹੁੰਦਾ। ਦੇਖੋ, ਰਾਗੀ ਵੀ ਬਾਣੀ ਬੋਲਦੇ ਆ, ਰਾਗੀ ਬਾਣੀ ਬੋਲਦੇ ਆਪਣੇ ਹਿਸਾਬ ਨਾਲ। ਮੈਂ ਬਾਣੀ ਬੋਲਦਾ ਜੋ ਬਾਬਾ ਜੀ ਦੀ ਬਾਣੀ ਹੈ ਹੀ ਅਸਲੀ। ਉਹ ਤਾਂ ਨਾਲ ਥੋੜ੍ਹਾ ਬਹੁਤ ਆਪਣੀ ਕਵਿਤਾ ਦੇ ਵਿੱਚ ਮਸਾਲਾ ਵੀ ਲਾ ਦਿੰਦੇ ਹੋਊਗੇ, ਪਰ ਮੈਂ ਕਹਿੰਦਾ ਵੀ ਉਹਦੇ 'ਚ ਨਾ ਲਾਓ, ਲੋਕਲ ਚੀਜ਼ਾਂ 'ਚ ਲਾ ਲਓ, ਗੁਰਬਾਣੀ ਨੂੰ ਨਾ ਅੰਡ ਵੰਡ ਕਰੋ। ਗੁਰਬਾਣੀ ਇੱਕ ਗੁਰੂ ਦੀ ਬਾਣੀ, ਭਾਵ ਗੁਰੂ ਦੀ ਬੋਲਿਓ ਸ਼ਬਦ, ਗੁਰੂ ਦੇ ਬੋਲਿਓ ਲਫ਼ਜ਼ ਹੈ ਇਹ। ਇਹਨਾਂ ਨੂੰ ਨਾ ਮਰੋੜੋ ਤਰੋੜੋ, ਇਹ ਤਾਂ ਮੁਕਤੀ ਦਾ, ਹਰ ਗੁਰੂ ਦਾ ਸ਼ਬਦ, ਹਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉਸ ਵਾਹਿਗੁਰੂ ਵੱਲ ਨੂੰ ਉਂਗਲੀ ਕਰਦਾ। ਕਦੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਥੋੜ੍ਹਾ ਕਿਹਾ ਮੈਨੂੰ ਕਹੋ ਰੱਬੋ, ਮੈਂ ਬਣਾਉਣਾ ਸਰੰਗੀ, ਬਣਾਉਣਾ ਸਰੰਗੀ ਜੂੜੇ ਵਾਲੀ, ਸਰੰਗੀ ਚਵਾਰੇ ਵਾਲੀ, ਸਰੰਗੀ ਡੇਢ ਪਸਲੀ, ਸਰੰਗੀ ਢਾਈ ਪਸਲੀ, ਸਰੰਗੀ ਕਲਾਸੀਕਲ, ਸਰੰਗੀ ਜੋੜੇ ਵਾਲੀ, ਫੋਕ ਵਾਲੀ। ਮੈਂ ਇਹ ਸਾਜ਼ ਬਣਾਉਣਾ, ਤਾਊਸ ਬਣਾਉਣਾ, ਦਿਲ ਰਬਾਬ ਬਣਾਉਣਾ, ਰਬਾਬ ਬਣਾਉਣਾ, ਸਰੰਦਾ ਬਣਾਉਣਾ, ਇਹ ਸਾਜ਼ ਮੈਂ ਬਣਾਉਣਾ। ਬਾਕੀ ਜਿਹੜਾ ਕੋਈ ਗਾਹਕ ਮੰਗੇ ਉਹ ਵੀ ਤਿਆਰ ਕਰ ਦੇਈਦਾ। ਪਿਤਾ ਜੀ, ਰਾਜ ਕੋਈ ਮਹਾਂਪੁਰਸ਼ ਮਿਲਿਆ ਇਹਨਾਂ ਨੂੰ? ਕਹਿੰਦੇ ਨਹੀਂ। ਫਿਰ ਕਹਿੰਦੇ ਤੁਹਾਡੇ ਕੋਲ ਆਏ ਆ, ਤੁਹਾਨੂੰ ਜਾਣਾ ਪੈਣਾ। ਦੇਖੋ, ਪਿਤਾ ਨੂੰ ਤੋਰਨੇ ਵਾਲੇ ਉਹ ਗੁਰੂ ਗੋਬਿੰਦ ਸਿੰਘ, ਉਹ ਘਰ ਨੂੰ ਤਿਆਗਣੇ ਵਾਲੇ, ਅਨੰਦਪੁਰ ਸਾਹਿਬ ਨੂੰ ਤਿਆਗਣੇ ਵਾਲੇ, ਐਡਾ ਵੱਡਾ ਪਿਤਾ ਜੀ ਨੇ ਮੁੱਲ ਲੈ ਕੇ ਮਾਖੋਵਾਲ ਦੀ ਧਰਤੀ ਅਨੰਦਪੁਰ ਵਸਾਇਆ ਸਾ, ਉਹਨੂੰ ਵੀ ਛੱਡਿਆ, ਘਰ ਵੀ ਛੱਡਿਆ, ਕਹਿਣਾ ਘਰ ਨਹੀਂ ਹੈ ਹੁਣ। ਫਿਰ ਚਾਰ ਪੁੱਤਰ ਵੀ ਗਏ, ਦੋ ਪੁੱਤਰ ਚਮਕੌਰ ਸਾਹਿਬ ਸ਼ਹੀਦ ਕਰਾਏ, ਦੋ ਪੁੱਤਰ ਆਪਣੇ ਫਤਿਹਗੜ੍ਹ ਸਾਹਿਬ ਸ਼ਹੀਦ ਹੋ ਗਏ, ਆਪ ਸੱਚੇ ਪਾਤਸ਼ਾਹ ਹਜ਼ੂਰ ਸਾਹਿਬ ਅੰਤਰ ਧਿਆਨ ਹੋ ਗਏ। ਮੇਰੇ ਇਹ ਕਹਿਣ ਦਾ ਮਤਲਬ ਇਹ ਆ, ਉਹਨਾਂ ਨੇ ਸਾਰਾ ਹੀ ਕੁਛ ਸਾਡੇ ਲਈ ਦੇ ਦਿੱਤਾ, ਅਸੀਂ ਉਹਨਾਂ ਲਈ ਕੁਛ ਨਹੀਂ ਕਰਦੇ। ਮਾਤਾ ਕਹਿੰਦੀ, ਬੱਚਾ ਉੱਠ, ਕਾਤੇ ਨੀਂਦ ਆਈ ਆ ਮੰਮਾ, ਕਾਤੇ ਆ ਗਈ ਨੀਂਦ, ਰਾਤੀ ਟੀ ਵੀ ਦੇਖਦੇ ਨੂੰ ਚਿਰ ਲੱਗ ਗਿਆ। ਬੇਟਾ, ਉਨਾ ਸਮਾਂ ਗੁਰਦੁਆਰੇ ਗੁਜ਼ਾਰ ਲੈਂਦਾ, ਉਨਾ ਸਮਾਂ ਕਿਸੇ ਸਿਆਣੇ ਬੰਦੇ ਕੋਲ ਬਹਿ ਲੈਂਦਾ, ਰੱਬ ਦਾ ਨਾਂ ਲੈ ਲੈਂਦਾ। ਅੱਜ ਜ਼ਮਾਨਾ ਇੱਦਾਂ ਦਾ ਆ ਗਿਆ ਬੇਟਾ, ਵਾਹਿਗੁਰੂ ਦਾ ਨਾਂ ਕੋਈ ਨਹੀਂ ਲੈਂਦਾ। ਮੈਂ ਆਪਣੇ ਗੁਰੂ ਰਾਮਦਾਸ ਨੂੰ ਯਾਦ ਕਰਾਂ, ਮੈਂ ਜਿਹਨ ਸਾਨੂੰ ਭੇਜਿਆ ਇਸ ਧਰਤੀ 'ਤੇ ਉਹਨੂੰ ਯਾਦ ਕਰਾਂ। ਅੱਜ ਕੋਈ ਇੱਦਾਂ ਨੂੰ ਤਿਆਰ ਨਹੀਂ ਹੈ। ਮੈਂ ਇਹ ਕਹਿੰਦਾ ਵੀ ਗੁਰੂਆਂ ਦੀ ਧਰਤੀ ਆ, ਅਸੀਂ ਗੁਰੂਆਂ ਨੂੰ ਮੱਥਾ ਵੀ ਨਹੀਂ ਟੇਕ ਸਕਦੇ। ਮੱਥਾ ਟੇਕੋ ਤਾਂ ਸਹੀ, ਬੱਚੇ ਜਾਣ ਮੱਥਾ ਟੇਕਣ, ਉਹਨਾਂ 'ਤੇ ਆਸ਼ੀਰਵਾਦ ਲੈਣ, ਉਹ ਸਾਡੇ ਲਈ ਫਲੀਭੂਤ ਹੋਵੇ, ਅਸੀਂ ਫਿਰ ਗਾਂ ਸੁੱਖ ਪਾਈਏ। ਬੇਟਾ, ਬੁਰੇ ਖਾਣੇ ਤਿਆਗੀਏ, ਅਸੀਂ ਗਲਤ ਬੰਦਿਆਂ ਕੋਲ ਬਹਿਣਾ ਤਿਆਗੀਏ, ਅਸੀਂ ਨੇਕ ਰੂਹਾਂ ਨਾਲ ਮਿਲਾਪ ਕਰੀਏ, ਤਾਂ ਸਾਡੀ ਸਫਲਤਾ ਹੋਊਗੀ। ਨਹੀਂ ਨਹੀਂ ਹੋਈ, ਸਾਰੀ ਦੁਨੀਆ ਉਸ ਵਾਹਿਗੁਰੂ ਦੀ ਮੰਗਤੀ ਹੈ। ਮੇਰੇ ਗੁਰੂ ਨਾਨਕ ਪਾਤਸ਼ਾਹ ਨੇ, ਪਹਿਲੀ ਪਾਤਸ਼ਾਹੀ ਨੇ ਇਹ ਪਹਿਲਾਂ ਹੀ ਲਿਖ ਦਿੱਤਾ ਜਪ ਜੀ ਵਿੱਚ, ਆਖੈ ਮੰਗੈ ਦੇ ਦਾਤ ਕਰੇ ਦਿੱਤਾ। ਹਰ ਜੀਵ, ਹਰ ਸਰੀਰ ਕਹਿੰਦਾ ਆ, ਆਖੇ ਦਾ ਮਤਲਬ ਕਹਿੰਦਾ, ਮੰਗੇ
ਮੰਗਦਾ, ਹੱਥ ਇੱਦਾਂ ਅੱਡ ਕੇ, ਇਹ ਵਾਹਿਗੁਰੂ ਮੈਨੂੰ ਵੀ ਦੇ, ਮੈਨੂੰ ਵੀ ਦੇ, ਮੈਨੂੰ ਵੀ। ਉਹ ਦਿੰਦਾ ਜਿੱਦਾਂ ਇੱਕ ਬੱਚਾ ਪੁੱਤਰ ਪੁੱਤਰੀ ਸਕੂਲ ਜਾਣ 'ਤੇ ਪਹਿਲਾਂ ਆਪਣੀ ਮਾਤਾ ਨੂੰ ਜਾਂ ਪਿਤਾ ਨੂੰ, ਪਿਤਾ ਜੀ ਮੈਨੂੰ ਪੈਸੇ, ਮੈਨੂੰ ਆਹ ਲੈਣਾ, ਮੈਂ ਆਹ ਲੈਣਾ ਮੰਗਦਾ ਨਾ, ਬੜਾ ਡਰ 'ਚ ਮੰਗਦਾ, ਹਾਂ ਪੁੱਤਰ ਲੈ ਜਾਓ, ਆਖੇ ਮੰਗੇ ਦੇ ਦੇ, ਇਹ ਪਿਤਾ ਮੈਨੂੰ ਵੀ ਦੇ, ਮੈਨੂੰ ਵੀ ਦੇ। ਇਹ ਬਾਣੀ ਦਾ ਅਰਥ ਹੈ। ਦਾਤ ਕਰੇ ਦਾਤਾਰ, ਉਹ ਦਾਤਾਂ ਦੇਣੇ ਵਾਲਾ ਵਾਹਿਗੁਰੂ ਸਾਰਿਆਂ ਨੂੰ ਦਿੰਦਾ, ਸਾਰਿਆਂ ਨੂੰ ਦੇਈ ਜਾਂਦਾ। ਦਾਤਾਂ ਦਾਤਾਂ ਵੰਡਣ ਲੱਗਾ ਉਹ ਸੰਕੋਚ ਨਹੀਂ ਕਰਦਾ, ਜੋ ਮੇਰੇ ਮੱਥੇ 'ਤੇ ਲਿਖਿਆ ਉਹ ਦੇਈ ਜਾਂਦਾ। ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ। ਹੁਣ ਇਹ ਬੋਲਾ ਜਿਗਿਆ ਸੂ ਇਹ ਕਹਿੰਦਾ, ਜਿੱਥੋਂ ਇਹ ਦਾਤਾਂ ਇਹ ਦਿੰਦਾ ਲਿਆ ਕੇ ਉਹ ਕਿਹੜੀ ਜਗ੍ਹਾ ਆ। ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ, ਫਿਰ ਕੀ ਅੱਗੇ ਰੱਖੀਏ ਜਿੱਤ ਦੀਸੇ ਦਰਬਾਰ। ਅਰਥ ਕਰਨ ਦੀ ਲੋੜ ਨਹੀਂ, ਕੋਈ ਐਸੀ ਚੀਜ਼ ਮੈਨੂੰ ਮਿਲ ਜਾਵੇ ਜਿਹੜੀ ਮੈਂ ਇਸ ਵਾਹਿਗੁਰੂ ਦੇ ਮੂਹਰੇ ਰੱਖ ਦੇਵਾਂ ਕਿ ਉਹ ਦਰਬਾਰ ਜਿੱਥੋਂ ਇਹ ਦਾਤਾਂ ਨਿਕਲ ਕੇ ਆਉਣੀ ਉਹ ਮੈਨੂੰ ਮਿਲ ਜਾਵੇ। ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ, ਫਿਰ ਕੀ ਅੱਗੇ ਰੱਖੀਏ ਜਿੱਤ ਦੀਸੇ। ਫਿਰ ਕੋਈ ਇੱਦਾਂ ਦੀ ਚੀਜ਼ ਕਿਹੜੀ ਮੈਨੂੰ ਮਿਲ ਜਾਵੇ ਜਿਹੜੀ ਮੈਂ ਉਹਦੇ ਅੱਗੇ ਰੱਖ ਦੇਵਾਂ, ਜਿਹਨੂੰ ਸੁਣ ਕੇ ਉਹ ਮੇਰੇ ਨਾਲ ਪਿਆਰ ਕਰੇ। ਦਾਤ ਕਰੇ ਦਾਤਾਰ, ਫਿਰ ਕੀ ਅੱਗੇ ਰੱਖੀਏ ਜਿੱਤ ਦੀਸੇ ਦਰਬਾਰ, ਮੂੰਹੋਂ ਕੀ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਅਰਥ ਦੀ ਲੋੜ ਨਹੀਂ, ਅਰਥ ਹੋ ਗਿਆ ਜੇ ਵਾਣੀ ਸਹੀ ਢੰਗ ਨਾਲ ਪੜ੍ਹੀਏ। ਅੰਮ੍ਰਿਤ ਵੇਲਾ ਸੱਚਨ, ਸੱਚ ਕਹਿੰਦੇ ਵਾਹਿਗੁਰੂ ਨੂੰ, ਸੱਚਾ ਨਾਮ ਉਹਦਾ ਅੰਮ੍ਰਿਤ ਵੇਲਾ ਸੱਚ ਨਾਮ, ਵਡਿਆਈ ਵਿਚਾਰ। ਤੈਨੂੰ ਪੜ੍ਹਨਾ ਨਹੀਂ ਆਉਂਦਾ, ਉਹਦੀਆਂ ਵਡਿਆਈਆਂ ਤਾਂ ਵਿਚਾਰ ਸਕਦਾ, ਸਿਫਤਾਂ ਤਾਂ ਕਰ ਸਕਦਾ। ਤੂੰ ਧੰਨ ਆ, ਤੂੰ ਬੇਅੰਤ ਆ, ਤੂੰ ਅਥਾਹ ਹੈ, ਤੇਰਾ ਅੰਤ ਨਹੀਂ ਕੋਈ ਆ ਸਕ। ਇਹ ਤਾਂ ਵਡਿਆਈ ਹੈ ਨਾ, ਇਹ ਤਾਂ ਤੂੰ ਕਰੇ ਸਕਦਾ। ਅੰਮ੍ਰਿਤ ਵੇਲਾ ਸੱਚ ਨਾਮ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ। ਪਿਛਲੇ ਅੱਛੇ ਕਰਮ ਕਰਕੇ, ਨੇਕ ਕਰਮ ਕਰਕੇ ਤੈਨੂੰ ਆਹ ਸਰੀਰ ਰੂਪੀ ਕੱਪੜਾ ਮਿਲ ਗਿਆ। ਜੇ ਇਹਦੇ ਵਿੱਚ ਤੂੰ ਖਰੇ ਕਰਮ ਕਰੂੰਗਾ, ਕੋਈ ਨੇਕ ਕਰਮ ਕਰੂੰਗਾ, ਤਾਂ ਫਿਰ ਤੈਨੂੰ ਮੁਕਤੀ ਮਿਲ ਜਾਊਗੀ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਇੱਦਾਂ ਜਾਣ, ਉਹ ਸੱਚਾ ਆਪੇ ਹੀ ਸਭ ਕੁਛ ਕਰ ਸਕਦਾ, ਬਾਕੀ ਕਿਸੇ ਦੇ ਹੱਥ ਕੁਛ ਨਹੀਂ ਹੈ। ਬਾਣੀ ਨੂੰ ਜਿੰਨਾ ਪੜ੍ਹੀ ਜਾਓ ਉਨਾ ਹੀ ਪਿਆਰ ਆਉਂਦਾ। ਇਸ ਕਰਕੇ ਬਾਣੀ ਨੂੰ ਪਿਆਰ ਨਾ ਪੜ੍ਹੋਗੇ, ਅਰਥਾਂ ਦੀ ਲੋੜ ਨਹੀਂ ਪੈਂਦੀ। ਜਿੱਥੇ ਅਸੀਂ ਛੱਡਣਾ ਉੱਥੇ ਇਹਨੂੰ ਛੱਡੋ, ਜਿੱਥੇ ਇਹਨੂੰ ਜੋੜਨਾ ਜੋੜੋ। ਬਾਣੀ ਤਾਂ ਬਾਣ ਆ, ਜਿਹਦੇ ਲੱਗ ਗਿਆ ਉਹ ਘਾਇਲ ਹੋ ਗਿਆ, ਨਹੀਂ ਤਾਂ ਸਤਨਾਮ ਵਾਹਿਗੁਰੂ ਹੈ। ਹਮੇਸ਼ਾ ਵਾਹ ਵਾਹੀ ਤੋਂ ਪਰੇ ਰਹਿੰਦੇ ਹੋ ਤਾਂ ਕਿ ਅੰਦਰ ਮੈਂ ਨਾ ਆ ਜਾਵੇ। ਤੁਹਾਨੂੰ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਕਰਨ ਦੀ ਗੱਲ ਕਹੀ ਗਈ ਸੀ, ਪਰ ਤੁਸੀਂ ਉਹ ਅਵਾਰਡ ਲੈਣ ਤੋਂ ਮਨਾ ਕਿਉਂ ਕਰਦੇ? ਨਹੀਂ, ਮਨਾ ਕਰਦਾ, ਮੈਨੂੰ ਤਾਂ ਮਾਣ ਦੀ ਇੱਛਾ ਨਹੀਂ ਬੇਟਾ। ਮਾਣ ਤਾਂ ਮੈਨੂੰ ਮੇਰੇ ਮਾਂ ਬਾਪ ਨੇ ਕਿਹਾ ਸਾ ਸਾਧੂਆਂ, ਬੇਟਾ ਮਾਣ ਤਾਂ ਮਾੜਾ ਹੁੰਦਾ, ਮਾਣ ਤਾਂ ਬਿਨਾਂ ਦੰਦਾਂ 'ਤੇ ਖਾ ਜਾਂਦਾ, ਮਾਣ ਨਹੀਂ ਕਰੀਦਾ ਕਿਸੇ ਚੀਜ਼ ਦਾ। ਹਾਂ ਮਾਣ ਨਹੀਂ, ਮੈਨੂੰ ਇੱਛਾ ਨਹੀਂ ਇਹਨਾਂ ਚੀਜ਼ਾਂ ਦੀ। ਮੈਨੂੰ ਕੋਈ ਚੰਗਾ ਕਹੇ, ਮੈਨੂੰ ਚੰਗਾ ਕਹਾਉਣ ਦੀ ਇੱਛਾ ਨਹੀਂ। ਮੈਨੂੰ ਤਾਂ ਰੋਟੀ ਦਿੰਦਾ ਤਕਾਲਾਂ ਨੂੰ, ਮੈਂ ਕਹਿ ਦਿੰਦਾ ਬਾਬਾ ਇੱਕ ਤੈਨੂੰ ਨਿਕੰਮੇ ਬੰਦੇ ਦਾ ਵੀ ਚੇਤਾ ਰਹਿ ਗਿਆ, ਸ਼ੁਕਰੀਆ ਤੇਰੇ ਦਰਬਾਰ ਦਾ, ਤੂੰ ਮੈਨੂੰ ਰੋਟੀ ਦਿੰਦੇ ਰਹੂੰਗਾ। ਸੀਐਮ ਹੁਣੇ ਆਸਟ੍ਰੇਲੀਆ 'ਤੇ ਫੋਨ ਆਇਆ ਸਾ, ਬਾਪੂ ਮੈਂ ਆਹ ਸਾਜ ਲੈਣਾ। ਮੈਂ ਕਿਹਾ ਬੇਟਾ ਮੈਂ ਢਿੱਲਾ, ਸਾਲ ਤੂੰ ਸਹੀ, ਸੀਐਮ ਇਹਨਾਂ ਮਿਲ ਜਾਊ? ਹਾਂ ਮਿਲ ਜਾਊ ਬੇਟੇ, ਮਿਲ ਜਾਊ, ਪਰ ਤੇਰਾ ਬਣਿਆ ਹੋਵੇ। ਮੈਂ ਕਿਹਾ ਕੋਈ ਨਾ, ਮੇਰਾ ਹੀ ਬਣਿਆ ਮਿਲੂਗਾ। ਆਹ ਮਰਦਾਨੇ ਵਾਲਾ ਨਾਨਕ ਸ਼ਾਹੀ ਰਬਾਬ ਹੈ ਜੀ, ਇਹਦੇ ਨਾਲ ਮੇਰਾ ਅਤੀ ਪਿਆਰ ਹੈ ਜੀ। ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ। ਦੁਆਪਰ ਵਿੱਚ ਇਹ ਅਰਜਨ ਦੇਵ ਤੂੰ ਕ੍ਰਿਸ਼ਨ ਬਣਿਆ, ਇਹ ਸਾਫ਼ ਲਿਖਿਆ ਆ। ਦੁਆਪਰ ਕ੍ਰਿਸ਼ਨ ਮਰਾਰ
ਕੰਸ ਕਰਤਾਰਥ ਕੀ ਉਗਰ ਸੈਨ ਕੋ ਰਾਜ ਅਭੈ ਭਗਤਨ ਦਿਓ। ਕਲਯੁਗ ਵਿੱਚ ਨਾਨਕ ਅੰਗਦ ਅਮਰ ਕਹਾਇਓ, ਐ ਗੁਰੂ ਦਾ ਅਰਜਨ ਦੇਵ, ਤੂੰ ਹੀ ਤਾਂ ਆਇਆ ਸਾਰੇ ਵਿੱਚ, ਤੂੰ ਹੀ ਆਇਆ, ਤੇਤੇ ਬਗੈਰ ਹੋਰ ਨਹੀਂ ਕੋਈ ਆਇਆ, ਕਲਯੁਗ ਵਿੱਚ ਵੀ ਤੂੰ ਹੀ ਆਇਆ। ਇਸ ਕਰਕੇ ਮੈਂ ਕਿੱਦਾਂ ਕਹਾਂ ਕੌਣ ਬੁਰਾ ਆ, ਸਾਰੇ ਉਹਦਾ ਹੀ ਰੂਪ ਆ ਬੇਟਾ, ਉਹੀ ਆਏ ਆ, ਕੋਈ ਬੁਰਾ ਨਹੀਂ ਹੈ, ਬੁਰਾ ਮੈਂ ਆ, ਮੇਰੀ ਸੋਚ ਨਹੀਂ ਉਨੀ ਹੈ। ਹੁਣ ਦੇਖ ਬਸੁਰਾ ਹੋ ਗਿਆ, ਆ ਦੋ ਵਾਜਾਂ ਹੋ ਗਈਆਂ ਦੇ। ਜੋੜੇ ਦਾ ਮਤਲਬ ਹੈ ਜਿੱਥੇ ਜਨਾਨੀ ਦਾ ਔਰ ਆਦਮੀ ਦਾ ਜੋੜਾ ਨਹੀਂ ਹੈ ਮਿਲਦਾ, ਉਹ ਘਰ ਗਰਕ ਹੋ ਜਾਂਦਾ, ਉੱਥੇ ਲੜਾਈ ਰਹਿੰਦੀ ਹੈ। ਜਿੱਥੇ ਤੀਵੀਂ ਆਦਮੀ ਦਾ ਜੋੜ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ, ਕਿਉਂਕਿ ਜਦ ਜੋੜਾ ਹੀ ਨਹੀਂ ਜੁੜਿਆ। ਜਦ ਹੁਣ ਇਹਦੇ ਜੋੜੇ ਦੀਆਂ ਦੋ ਆਵਾਜ਼ਾਂ ਆ, ਇਸਤਰੀ ਉਹਨੂੰ ਖਿੱਚਦੀ ਆ, ਪਤੀ ਇਹਨੂੰ ਖਿੱਚਦਾ, ਉਹ ਘਰ ਕਿੱਦਾਂ ਚੱਲ ਜਾਊ। ਇਹ ਕਾਫੀ ਦੇਰ 'ਤੇ ਬਣਾਉਂਦਾ ਸਾ, ਪਿਤਾ ਜੀ ਤਾਂ ਵੇਲੇ 'ਤੇ ਬਣਾਉਂਦਾ ਸਾ, ਪਿਤਾ ਜੀ ਵੀ ਬਣਾਉਂਦੇ, ਇਹ ਫਿਰ ਵਿਕੇ ਨਹੀਂ ਮੁੜ ਕੇ, ਇਹਦਾ ਵਿਕਾਸ ਘੱਟ ਗਿਆ। ਹੁਣ ਜਦ ਤਾਂ 84 ਹੋਇਆ, 84 ਦੇ ਬਾਅਦ ਸਾਡੇ ਬੱਚੇ ਜਿਹੜੇ ਆ, ਛੋਟੇ ਵੱਡੇ, ਇਹ ਜਵਾਨ, ਭੈਣ ਜੀਆਂ ਵੀ, ਬੀਬੀਆਂ ਵੀ, ਸਾਰੇ ਸਾਜਾਂ ਵੱਲ ਨੂੰ ਧਿਆਨ ਹੋ ਗਿਆ। ਹੁਣ ਮੇਰੇ ਸਾਜ਼ ਬਹੁਤ ਵਿਕ ਰਹੇ ਆ, ਹੁਣ ਜਿੰਨੇ ਵਿਕ ਰਹੇ ਆ ਉਨੇ ਮੇ ਤਾਂ ਬਣਦੇ ਨਹੀਂ। ਅਫਸੋਸ ਕਿ ਮੈਂ ਹੁਣ ਬੁੱਢਾ ਹੋ ਗਿਆ। ਪਰ ਅਫਸੋਸ ਦੀ ਗੱਲ ਇੱਥੇ ਇਹ ਹੈ ਕਿ ਗਿਆਨ ਦੇ ਭੰਡਾਰ ਨੇ ਅੱਜ ਸਾਨੂੰ ਸਦਾ ਦੇ ਲਈ ਵਿਛੋੜਾ ਦੇ ਦਿੱਤਾ ਹੈ। ਲੁਧਿਆਣਾ ਤੋਂ ਸੁਮਨ ਜੇਟਲੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98।